मैं खुद अपनी मोटर से सीधा मैंने घरों फोन किया भी साथी इदा करके ट्रेन थले आ गया। फिर असी भज नठ की देखिया गए हाँ तो जब तक असी जाना जब तक तो जो शरीर नाश हो चुका से। भरा से अपना नौजवान पिंडो मुंडा जी उन्हें सुसाइड कर लिया जी। कारण कुछ तो जी कही जी दिमाग के करजे का सीधे वजन जी है ਇਹ ਸਰ ਪਤਾ ਚੋਈ ਕਰਨ ਤੋਂ ਪਤਾ ਚੱਲਿਆ ਵੀ ਇਹ ਕਰਜ਼ੇ ਤੋਂ ਅਤੇ ਮਤਲਬ ਕਰਜ਼ੇ ਕਾਰਨ ਹੀ ਡਿਪਰੈਸ਼ਨ 'ਚ ਰਹਿੰਦਾ ਸੀ ਅਤੇ ਉਹਦੇ ਕਾਰਨ ਉਹਨੇ ਟ੍ਰੇਨ ਥੱਲੇ ਆ ਕੇ ਖੁਦਕੁਸ਼ੀ ਕੀਤੀ ਹੈ। ਸਾਥੀ ਇਹਦਾ ਆਪਣਾ ਪਿੰਡਾਂ ਦੇ ਵਿੱਚੋਂ ਕਹਿ ਲਈਏ ਜਿਵੇਂ ਭਰਾਵਾਂ ਵਰਗਾ ਪਿਆਰ ਸੀ ਆਪਣਾ ਉਸ ਬੰਦੇ ਦੇ ਨਾਲ ਬਹੁਤ ਹੀ ਮਿਲਣਸਾਰ ਪਿੰਡ ਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਸੀ ਕਦੇ ਕਿਸੇ ਨਾਲ ਲੜਿਆ ਨਹੀਂ ਸੀ ਜਾਂ ਗੁੱਸਾ ਨਹੀਂ ਕਦੇ ਕਿਸੇ ਦੀ ਗੱਲ ਦਾ ਕੀਤਾ ਸੀ। ਉਹਦੀ ਕਾਰਨ ਦਾ ਜਿਹੜੀ ਮੌਤ ਦਾ ਕਾਰਨ ਆ ਮੇਨ ਜੀ ਜੋ ਉਹਦੇ ਸਿਰ 'ਤੇ ਕਰਜ਼ਾ ਸੀ ਜਿਹੜਾ ਬਾਪ ਤੋਂ ਕਰਜ਼ਾ ਚੱਲਿਆ ਆ ਰਿਹਾ ਸੀ ਉਹਨੇ ਜ਼ਮੀਨ ਵੇਚ ਕੇ ਵੀ ਲਾਉਣ ਦੀ ਕੋਸ਼ਿਸ਼ ਕੀਤੀ ਕੁਛ ਆਪਣੀ ਜ਼ਮੀਨ ਵੇਚ ਕੇ ਲਾ ਕੇ ਵੀ ਉਹਦਾ ਕਰਜ਼ਾ ਪੂਰਾ ਨਾ ਲਿਆ ਜਿਸ ਦੇ ਕਾਰਨ ਉਹਦੇ ਸਿਰ ਹਜੇ ਵੀ 10-12 ਲੱਖ ਰੁਪਏ ਦਾ ਕਰਜ਼ਾ ਜਿਹੜਾ ਹੈਗਾ ਵੀ ਬੈਂਕਾਂ ਔਰ ਸੁਸਾਇਟੀਆਂ ਦਾ ਜਿਹੜਾ ਹੈਗਾ ਉਸ ਤੋਂ ਬਿਨਾਂ ਕੋਈ ਆੜ੍ਹਤੀਆਂ ਦਾ ਜਾਂ ਹੋਰ ਉਹ ਵੀ ਹੋ ਸਕਦਾ ਉਹਦੇ ਸਿਰ ਜਿਹਦੀ ਉਹ ਟੈਨਸ਼ਨ ਦਿਮਾਗ 'ਤੇ ਰੱਖਦਾ ਸੀ ਕਰਜ਼ੇ ਦੀ। ਅਤੇ ਮੈਂ ਖੁਦ ਆਪਣੀ ਮੋਟਰ 'ਤੇ ਸੀਗਾ ਮੈਨੂੰ ਘਰੋਂ ਫੋਨ ਗਿਆ ਵੀ ਸਾਥੀ ਇੱਦਾਂ ਕਰਕੇ ਟ੍ਰੇਨ ਥੱਲੇ ਆ ਗਿਆ। ਫਿਰ ਅਸੀਂ ਭੱਜ ਨੱਠ ਕੀਤੀ ਆ ਦੇਖਿਆ ਗਏ ਹਾਂ ਤਾਂ ਜਦ ਤੱਕ ਅਸੀਂ ਜਾਣਾ ਸੀ ਜਦ ਤੱਕ ਤਾਂ ਉਹਦਾ ਜਿਹੜਾ ਸੀ ਸਰੀਰ ਨਾਸ਼ ਹੋ ਚੁੱਕਿਆ ਸੀ। ਮੈਨੂੰ ਜਿਵੇਂ ਪਿੰਡ ਦੇ ਵਿੱਚ ਪਤਾ ਲੱਗਿਆ ਸੀ ਪਿੰਡੋਂ ਮੇਰੇ ਘਰੋਂ ਮੇਰੇ ਮਾਤਾ ਜੀ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਕਿੱਥੇ ਹੋ, ਮੈਂ ਕਿਹਾ ਜੀ ਮੈਂ ਮੋਟਰ 'ਤੇ ਕਿਹਾ ਸਾਥੀ ਜੀ ਨੇ ਇੱਦਾਂ ਕਰਕੇ ਆ ਕਦਮ ਹੋ ਗਿਆ ਉਹਦੇ ਨਾਲ ਗੱਲ ਹੋ ਗਈ ਆ ਵੀ ਦੇਖੋ ਤੁਸੀਂ ਪਹੁੰਚੋ ਘਰ ਪਰਿਵਾਰ ਨੂੰ ਦੇਖੋ ਸਾਂਭੋ। ਘਰ ਦੇ ਵਿੱਚ ਜੀ ਦੇਖੋ ਉਹਦੀ ਬਜ਼ੁਰਗ ਮਾਤਾ ਅਤੇ ਉਹਨਾਂ ਦੀ ਵਾਈਫ ਨੇ ਅਤੇ ਇੱਕ 9 ਸਾਲ ਦਾ ਬੱਚਾ ਉਹਨਾਂ ਦਾ ਭਰਾ ਸੀ ਆਪਣਾ ਨੌਜਵਾਨ ਪਿੰਡੋ ਮੁੰਡਾ ਜੀ ਉਹਨੇ ਸੁਸਾਈਡ ਕਰ ਲਿਆ ਜੀ। ਕਾਰਨ ਕੁਛ ਤਾਂ ਜੀ ਕਹੀ ਜੀ ਦਿਮਾਗ ਦੇ ਕਰਜ਼ੇ ਦਾ ਸੀਗੇ ਵਜਨ ਜੀ ਹੈ ਨਾ ਕਰਜ਼ਾ ਦੇਖੋ ਜੀ ਥੋੜ੍ਹੀ ਜ਼ਮੀਨ ਵੇਚ ਕੇ ਵੀ ਕਰਜ਼ਾ ਨਹੀਂ ਲਿਆ ਉਸ ਤੋਂ ਬਾਅਦ ਹੁਣ 8-10 ਲੱਖ ਰੁਪਈਆ ਜਿਹੜਾ 10-12 ਲੱਖ ਰੁਪਈਆ ਤਾਂ ਬੈਂਕਾਂ ਦਾ ਹੀ ਆ ਜੀ ਬਾਕੀ ਹੋਰ ਸੌਦਿਆਂ ਨਾਲ ਕਹਿ ਲਓ ਜੀ ਆਪਾਂ ਕੋਈ ਆੜ੍ਹਤੀ ਦਾ ਹੋਊਗਾ ਦੇਖੋ ਉਹਨੂੰ ਜ਼ਿਆਦਾ ਉਹਨੂੰ ਪਤਾ ਨਹੀਂ ਆ। ਇਹ 4-3 ਭੈਣਾਂ ਨੇ ਜੀ ਇੱਕ ਭਾਈ ਇਕੱਲਾ ਇਕਲੌਤਾ ਭਾਈ ਸੀਗਾ ਜੀ ਇਕਲੌਤਾ। ਕਿਲੋਮੀਟਰ ਨੰਬਰ 349 ਦੇ 4-2 'ਤੇ ਬਿਟਵੀਨ ਚਾਵਾ ਖੰਨਾ ਇੱਕ ਡੈੱਡ ਬੋਡੀ ਪਈ ਹੈ ਉਸ 'ਤੇ ਜੀ ਚੌਂਕੀ ਚਾਰ ਚਾਵਾ ਐੱਸ ਆਈ ਕੁਲਵੰਤ ਸਿੰਘ ਸਮੇਤ ਸਾਥੀਆਂ ਦੇ ਮੌਕੇ 'ਤੇ ਪਹੁੰਚੇ ਸੀਗੇ ਜੀ। ਉੱਥੋਂ ਪਹੁੰਚਣ ਤੋਂ ਬਾਅਦ ਇੱਕ ਇਨਸਾਨ ਦੀ ਡੈੱਡ ਬੋਡੀ ਆਪਾਂ ਰਿਕਵਰ ਕਰੀ ਸੀਗੀ ਜੀ ਅਤੇ ਸਾਡੇ SHO ਸਾਹਿਬ ਵੀ ਮੌਕੇ 'ਤੇ ਪਹੁੰਚ ਗਏ ਸੀਗੇ ਅਤੇ ਅੱਜ ਪੋਸਟਮਾਰਟਮ ਕਰਾ ਕੇ ਅਸੀਂ ਇਹ ਜੀ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜੀ। ਇਹ ਭਾਅ ਜੀ ਮ੍ਰਿਤਕ ਹੈਗੇ ਨੇ ਸਤਜੀਤ ਸਿੰਘ ਸਾਰਾ ਜਸਵਿੰਦਰ ਸਿੰਘ ਜੱਟ ਸਿੱਖ ਪਿੰਡ ਗੰਢੂਆ ਤਹਿਸੀਲ ਆਪਣੀ ਹੈਗੀ ਖੰਨਾ ਸਦਰ ਖੰਨੇ 'ਚ ਆ ਜਾਂਦਾ ਡਿਸਟ੍ਰਿਕਟ ਲੁਧਿਆਣਾ। ਇਹ ਸਰ ਪਤਾ ਚੋਈ ਕਰਨ ਤੋਂ ਪਤਾ ਚੱਲਿਆ ਵੀ ਇਹ ਕਰਜ਼ੇ ਤੋਂ ਅਤੇ ਮਤਲਬ ਕਰਜ਼ੇ ਕਾਰਨ ਹੀ ਡਿਪਰੈਸ਼ਨ 'ਚ ਰਹਿੰਦਾ ਸੀ ਅਤੇ ਉਹਦੇ ਕਾਰਨ ਉਹਨੇ ਟ੍ਰੇਨ ਥੱਲੇ ਆ ਕੇ ਖੁਦਕੁਸ਼ੀ ਕੀਤੀ ਹੈ ਜੀ। ਅਤੇ ਹੋਰ ਕਿੰਨਾ ਕਰਜ਼ਾ ਸੀ ਕੋਈ ਪਤਾ ਲੱਗਿਆ? ਨਹੀਂ ਕਰਜ਼ੇ ਦੀ ਅਮਾਊਂਟ ਬਾਰੇ ਸਰ ਨਹੀਂ ਕਿਉਂਕਿ ਬੱਚਾ ਛੋਟਾ ਹੀ ਹੈ ਇੰਨਾ ਵੈਰੀਫਾਈ ਹਾਲੇ ਅਸੀਂ ਕਰ ਨਹੀਂ ਸਕੇ ਕਰ ਰਹੇ ਹਾਂ ਅਤੇ ਫਿਰ ਇਹਨਾਂ ਨੂੰ ਇਹਨਾਂ ਦਾ ਚਚੇਰਾ ਭਰਾ ਕੁਲਦੀਪ ਸਿੰਘ ਅਤੇ ਜੀਜਾ ਇਹਨਾਂ ਦਾ ਸ਼ਨਾਖਤ ਕਰਕੇ ਲੈ ਗਏ ਨੇ ਹਾਲੇ ਬੱਚਾ ਵੀ ਇਹਨਾਂ ਦਾ ਛੋਟਾ ਦੱਸਦੇ ਨੇ 10 ਸਾਲ ਦਾ ਹੀ ਹੈ। ਪੇਸ਼ੇ ਵਜੋਂ ਕੀ ਸੀਗੇ? ਇਹ ਮਤਲਬ ਖੇਤੀ ਕਰਦੇ ਸੀਗੇ ਜੀ। ਪਹਿਲਾਂ ਬਜ਼ੁਰਗ ਦੱਸਦੇ ਨੇ ਥੋੜ੍ਹੇ ਜਿਹੇ ਕਰਜ਼ੇ ਥੱਲੇ ਸੀ ਉਹਨਾਂ ਦੀ ਵੀ ਮੌਤ ਹੋ ਗਈ ਸੀਗੀ। ਬਜ਼ੁਰਗ ਤੋਂ ਬਾਅਦ ਇਹਨੇ ਕਮਾਨ ਸੰਭਾਲੀ ਆਪ ਕਰਜ਼ਾ ਕੁਰਜ਼ਾ ਲਾਇਆ ਭੈਣਾਂ ਦਾ ਵਿਆਹ ਕਰਿਆ ਉਹਦੇ ਕਾਰਨ ਦੱਸਦੇ ਨੇ ਵੀ ਥੋੜ੍ਹਾ ਜਿਹਾ ਡਿਪਰੈਸ਼ਨ 'ਚ ਰਹਿੰਦਾ ਸੀ ਕਰਜ਼ੇ ਕਰਨ। ਅਤੇ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? ਪੁਲਿਸ ਵੱਲੋਂ ਸਰ ਅਸੀਂ ਬਣਦੀ 174 ਦੀ ਕਾਰਵਾਈ ਕਰਕੇ ਲਾਸ਼ ਬਾਅਦ ਪੋਸਟਮਾਰਟਮ ਵਾਰਸਾਂ ਦੇ ਹਵਾਲੇ ਕਰਤੀ ਹੈ ਅਤੇ ਅਗਲੀ ਜਿਹੜੀ ਤਕਮੀਲ ਆ ਸਾਡੀ ਉਹ ਜਾਰੀ ਹੈ।